ਸਾਡੇ ਰੇਪ ਹੁੰਦੇ ਤੇ ਮੇਰਾ ਵੀ ਦੋ ਵਾਰੀ ਹੋ ਗਿਆ ਬਾਜੀ, ਮੈਂ ਕੀ ਦੱਸਾਂ ਤੁਹਾਨੂੰ। ਕਰੋਨਾ ਕਰੋਨਾ ਹਰ ਜਗ੍ਹਾ ਕਰੋਨਾ, ਅਤੇ ਬਾਕੀ ਕਰੋਨਾ ਦੀ ਵਜ੍ਹਾ ਤੋਂ ਨਾ ਸਾਨੂੰ ਕੋਈ ਕਾਰੋਬਾਰ ਹੈ, ਨਾ ਕੋਈ ਕਮਾਉਣ ਜੋਗੇ ਪੈਸੇ, ਨਾ ਅਸੀਂ ਬਾਹਰ ਜਾ ਸਕਦੇ ਹਾਂ। ਬਾਹਰ ਜਾਈਏ ਤਾਂ ਪੁਲਿਸ ਵਾਲੇ ਸਾਨੂੰ ਮਾਰਦੇ ਆ। ਅਸੀਂ ਇਹੋ ਜਿਹੇ ਨਰਮ ਦੇ ਲੋਕ ਹਾਂ ਕਿ ਅਸੀਂ 20 ਰੁਪਏ 'ਚ ਮੰਨ ਜਾਂਦੇ ਹਾਂ। ਮੈਨੂੰ ਵੀ ਫੋਨ ਆਉਂਦੇ ਸਾਡਾ ਉਹ ਡੱਬੂ ਵਜ਼ੀਰ ਨਹੀਂ ਫਵਾਦ ਚੌਧਰੀ, ਉਹ ਰੋਜ਼ ਰਾਤੀ ਮੈਨੂੰ ਫੋਨ ਕਰਦਾ, ਕਹਿੰਦਾ ਮੇਰੇ ਕੋਲ ਰਾਤ ਆ ਤਾਂ ਮੇਰੇ ਕੋਲ। اسلام علیکم فرینڈس، فرینڈس میں ہوں آپ کا ہوسٹ مبشر لقمان۔ فرینڈس جیسا کہ آپ کو پتا ہے کہ ہم مختلف شخصیات کے انٹرویوز لے کے آتے ہیں آپ کے اس یوٹیوب چینل پہ اور ان کے مسائل پہ بات کرتے ہیں، تو فرینڈس خواجہ سرا یعنی خسرے ہجڑے جن کے بغیر ہماری شادیاں نامکمل ہوتی ہیں، ان کے بغیر ہماری لائف کا ٹھہر پورا نہیں ہوتا ہے، آج ہم ان کے مسائل پہ بات کریں گے۔ فرینڈس اسی سلسلے میں بات کرنے کے لیے ہم آج جو ہے وہ ایک خواجہ سرا کے ڈیرے پہ تشریف لائے ہیں اور ان سے بات کریں گے کہ ان کے زندگی کے ریئل لائف میں مسائل کیا ہیں، یہ کیسے رہتے ہیں، کیسے بیٹھتے ہیں، کیسے اپنا پورا دن گزارتے ہیں، اور ان کو کیا پرابلمز فیس کرنی پڑتی ہیں، اور ان کے کیا مسائل ہیں جو ابھی تک حل نہیں ہوئے۔ تو فرینڈس لیٹس گیٹ سٹارٹڈ۔ اچھا تو مجھے سب سے پہلے آپ یہ بتائیں کہ آپ کا نام کیا ہے؟ ਸਾਰਿਆਂ ਤੋਂ ਪਹਿਲੇ ਤਾਂ ਮੇਰਾ ਸਾਰਿਆਂ ਨੂੰ ਸਲਾਮ ਭਾਈ, ਤੁਹਾਨੂੰ ਵੀ ਸਲਾਮ, ਅਤੇ ਬੜਾ ਬੜਾ ਸ਼ੁਕਰੀਆ ਤੁਸੀਂ ਸਾਡੇ ਡੇਰੇ 'ਤੇ ਆਏ ਸਾਡੇ ਮਸਾਇਲ ਸੁਣਨ ਵਾਸਤੇ, ਸਾਡੇ ਹੱਲ ਕਰਨ ਵਾਸਤੇ, ਅਤੇ ਲੋਕਾਂ ਨੂੰ ਦੱਸਣ ਵਾਸਤੇ ਕਿ ਸਾਨੂੰ ਕਿਸ ਤਰ੍ਹਾਂ ਦੇ ਮਸਾਇਲ ਹੁੰਦੇ ਆ, ਕਿ ਕੀ ਹੁੰਦਾ ਕੀ ਨਹੀਂ। ਮੇਰਾ ਨਾਮ ਮਹਿਕ ਮੋਹਰੀ ਹੈ ਅਤੇ ਮੈਂ ਕੀ ਕਹਿੰਦਾ ਇੱਥੇ ਰਹਿੰਦੀ ਹਾਂ ਚਕਵਾਲ ਸ਼ਹਿਰ 'ਚ, ਅਤੇ ਤੁਸੀਂ ਮੇਰਾ ਨਿੱਕਾ ਜਿਹਾ ਡੇਰਾ ਦੇਖ ਲਿਆ। ਸਾਡੀ ਜ਼ਿੰਦਗੀ ਇਸ ਤਰ੍ਹਾਂ, ਨਾ ਕੋਈ ਹੁੰਦਾ, ਨਾ ਕੋਈ ਕੁਛ, ਨਾ ਕੋਈ ਪਤਾ ਕਰਦਾ, ਬਸ ਇਸੇ ਤਰ੍ਹਾਂ ਅਸੀਂ ਰਹਿੰਦੇ ਹਾਂ। ਅੱਛਾ ਮਹਿਕ ਮੋਰੀ ਜੀ, ਆਪ ਮੁਝੇ ਇਹ ਬਤਾਏ ਕਿ ਆਪ ਕਰਤੇ ਕਿਆ? ਹਾਂ ਨਹੀਂ ਭਾਈ, ਤੁਸੀਂ ਕਿਹੋ ਜਿਹਾ ਸਵਾਲ ਕੀਤਾ। ਮੈਂ ਖੁਸਰਾ, ਮੈਂ ਭਲਾ ਕੀ ਕਰਨਾ? ਮੈਂ ਨੱਚਣਾ, ਮੈਂ ਨਹਿਰ 'ਤੇ ਖਲੋਣਾ, ਮੈਂ ਗਾਹਕਾਂ ਕੋਲ ਜਾਣਾ, ਗਾਹਕਾਂ ਮੇਰੇ ਕੋਲ ਆਉਣਾ, ਔਰ ਮੈਂ ਕੀ ਕਰਨਾ ਭਾਈ? ਅੱਛਾ ਮਹਿਕ ਜੀ, ਮੁਝੇ ਇਹ ਬਤਾਏ ਕਿ ਆਪਕੋ ਕਭੀ ਕਿਸੀ ਸੇ ਮੁਹੱਬਤ ਹੋਈ ਹੈ? ਕਿਸੀ ਸੇ ਵੀ ਕਭੀ ਵੀ ਹੋਈ ਹੋ ਕੋਈ ਮੁਹੱਬਤ ਆਪਕੋ? ਹਾਂ ਹਾਂ ਨਹੀਂ ਭਾਈ, ਕਿਹੋ ਜਿਹਾ ਸਵਾਲ ਪੁੱਛ ਲਿਆ? ਸਾਡੇ ਅੰਦਰ ਵੀ ਦਿਲ ਹੁੰਦਾ ਉਹ ਸਾਡਾ ਇਮਰਾਨ ਖਾਨ ਨਹੀਂ ਜਿਹੜਾ, ਮੈਨੂੰ ਨਾ ਉਹਦੇ ਨਾਲ ਬੜਾ ਪਿਆਰ ਹੈ। ਅੱਛਾ ਆਪਕੋ ਇਮਰਾਨ ਖਾਨ ਸੇ ਪਿਆਰ ਹੈ? ਅੱਛਾ ਆਪਨੇ ਉਨਕੋ ਬਤਾਇਆ ਕਭੀ? ਆਹੋ ਜਿਹੜਾ ਵਜ਼ੀਰ ਆਜ਼ਮ ਨਹੀਂ ਸਾਡਾ, ਉਹਦੇ ਨਾਲ ਅਤੇ ਐਵ ਨਹੀਂ ਦੱਸਿਆ ਤੇ ਨਹੀਂ, ਬਸ ਮੈਂ ਉਹਦੇ ਖਾਬਾਂ 'ਚ ਜਾਂਦੀ ਹਾਂ ਕਦੀ ਕਦੀ, ਅਤੇ ਉਹ ਵੀ ਮੇਰੇ ਖਾਬਾਂ 'ਚ ਆਉਂਦਾ, ਅਤੇ ਉਹ ਤਾਂ ਰੋਜ਼ ਮੇਰੇ ਖਾਬਾਂ 'ਚ ਆਉਂਦਾ, ਮੈਂ ਵੀ ਕਦੀ ਕਦਾਈ ਉਹਦੇ ਖਾਬਾਂ 'ਤੇ ਚੱਲ ਜਾਂਦੀ ਹਾਂ, ਅਤੇ ਬਸ ਐਡਾ ਕੁਝ ਔਂਤਰ ਹੈ ਉਹ ਸ਼ੋਦਾ, ਬਸ ਚਾਹ ਬਿਸਕੁਟ ਦਾ ਪੁੱਛਦਾ ਔਰ ਕੁਛ ਕਰਦਾ ਹੀ ਨਹੀਂ। ਮੈਂ ਉਹਨੂੰ ਬੜਾ ਕਹਿੰਦੀ ਹਾਂ, ਬੜਾ ਮਨਾਉਂਦੀ ਹਾਂ, ਸੁਣਦੀ ਨਹੀਂ ਮੇਰੀ ਗੱਲ 'ਤੇ ਕੋਈ। اچھا وہ ویسے بھی وزیر اعظم ہیں، ان کے پاس ٹائم کم ہی ہوتا ہے اور وہ چائے بسکٹ کے علاوہ کچھ نہیں دیتے۔ اچھا مہک جی، تھوڑا سا جو ہے نا وہ آپ سے آپ کے مسائل کے بارے میں پوچھتے ہیں کہ آپ لوگوں کو کیا مسائل فیس کرنا پڑتے ہیں، اور اس کے علاوہ آپ لوگوں کو ریئل لائف میں کیا پرابلمز آتے ہیں؟ ہائے نہیں بھائی، میں کی دساں، ساڈے انے مسائل ਸਾਡੇ ਲੋਕਾਂ ਦੇ ਤਾਂ ਉਹ ਨਹੀਂ ਬਣਦਾ, ਸ਼ਨਾਖਤੀ ਕਾਰਡ ਹੀ ਨਹੀਂ ਬਣਦਾ। ਅਸੀਂ ਸੜਕਾਂ 'ਤੇ ਆਪ ਥੱਕ ਗਈਆਂ ਨੇ, ਅਤੇ ਲੋਕ ਉਹ ਸੜਕਾਂ 'ਤੇ ਆਉਣ ਦਾ ਫਾਇਦਾ ਚੁੱਕ ਲੈਂਦੀਆਂ, ਅਸੀਂ ਆਪਣੇ ਹੱਕ ਵਾਸਤੇ ਜਾਂਦੇ ਹਾਂ ਉਹ ਆਪਣਾ ਫਾਇਦਾ ਚੁੱਕ ਲੈਂਦੇ, ਅਤੇ ਅਸੀਂ ਸਾਨੂੰ ਨਾ ਵੋਟਾਂ ਵੋਟ ਦੇ ਪਾਉਣ ਦਿੰਦੇ, ਨਾ ਸਾਨੂੰ ਕੀ ਕਹਿੰਦੇ ਕਰਨ ਦਿੰਦੇ ਉਹ ਕਿਸੇ ਸੀਟ ਵਾਸਤੇ ਖਲੋਣ ਦਿੰਦੇ। ਸਾਡਾ ਵੀ ਦਿਲ ਕਰਦਾ, ਸਾਡੇ ਅੰਦਰ ਵੀ ਦਿਲ ਹੈ, ਸਾਡੇ ਲੋਕਾਂ 'ਚ ਵੀ ਐਡੇ ਪੜ੍ਹੇ ਪੜ੍ਹੇ ਲਿਖੇ ਹੁੰਦੇ ਆ, ਸਾਨੂੰ ਨੌਕਰੀਆਂ ਨਹੀਂ ਦਿੰਦੇ, ਅਸੀਂ ਐਨ ਜੀ ਲੋਕਾਂ ਦੇ ਆਸਰੇ 'ਤੇ ਬੈਠੇ ਤਾਂ ਰਹਿੰਦੇ ਹਾਂ, ਕਦੀ ਕੋਈ ਮੰਗਣ ਚੱਲ ਜੇ, ਕਦੀ ਕੋਈ ਨੱਚਣ ਚੱਲ ਜੇ, ਸਾਡਾ ਹੈ ਹੀ ਨਹੀਂ ਕੁਛ। ਲੋਕ ਤਾਂ ਐਡੇ ਔਂਤਰੇ, ਅੱਧੇ ਘੰਟੇ ਦਾ ਕਹਿੰਦੇ ਅਤੇ ਘੰਟਾ ਪੂਰਾ ਲਾ ਕੇ ਚੱਲ ਜਾਂਦੇ, ਅਤੇ ਉੱਤੋਂ ਪੈਸੇ ਵੀ ਨਹੀਂ ਦਿੰਦੇ, ਪੈਸੇ ਮੰਗਣ ਤਾਂ ਅੱਗੋਂ ਮਾਰਦੇ ਸਾਨੂੰ, ਕਹਿੰਦੇ ਕਿਹੜੇ ਪੈਸੇ, ਤੁਹਾਡਾ ਕਿਹੜਾ ਕੰਮ ਹੈ, ਤੁਸੀਂ ਇਸੇ ਕੰਮ ਵਾਸਤੇ ਤਾਂ ਬੈਠੇ, ਅਤੇ ਹੁਣ ਦੱਸੋ ਅਸੀਂ ਕੀ ਕਰੀਏ, ਕਿੱਥੋਂ ਰੋਜ਼ੀ ਕਮਾਈਏ ਅਸੀਂ ਭਾਜੀ। جی آپ روئیں نا، ماشاء اللہ یہ کہ آپ جو ہیں وہ ہمیں مسائل بتائیں، ہم آپ کے ایوان بالا تک آپ کے مسائل پہنچائیں گے اور آپ لوگوں کی ضرور ہیلپ ہوگی۔ تو ساڈے ریپ ہوندے تو میرا بھی دو باری ہو گیا بچی، میں کی دساں تہانوں؟ نہیں آپ انشاءاللہ ضرور امید رکھیں، آپ روئیں مت، اور انشاءاللہ آپ کے ساتھ انصاف ہوگا، اور آپ کو جو ہے وزیر اعظم عمران خان وہ آپ کے ساتھ انصاف دلائیں گے، اور جو ایوان بالا ہمارے سن رہے ہیں وہ آپ تک ضرور آپ کو انصاف دیں گے۔ بھائی میں اپنے عمران خان کے آسرے تے بیٹھی تھی کہ وہ ساڈی سنے گا، کدی تے ساڈی سنے گا، میرے علاقے بھی آئے گا، میری گل سنے گا۔ نہیں بس انشاءاللہ ضرور سنے گا اور آپ کے مسائل جلد حل ہوں گے۔ اچھا مہک جی مجھے یہ بتائیں کہ آپ نے داڑھی کیوں رکھ لی؟ خواجہ سرا تو داڑھی نہیں رکھتے۔ ਹਾਂ ਹਾਏ ਨਹੀਂ ਭਾਈ, ਤੁਹਾਨੂੰ ਨਹੀਂ ਪਤਾ ਅੱਜ ਕੱਲ੍ਹ ਕੀ ਚੱਲਦਾ ਪਿਆ, ਕਰੋਨਾ ਕਰੋਨਾ ਹਰ ਜਗ੍ਹਾ ਕਰੋਨਾ,
ਅਤੇ ਬਸ ਕਰੋਨਾ ਦੀ ਵਜ੍ਹਾ ਤੋਂ ਨਾ ਸਾਨੂੰ ਕੋਈ ਕਾਰੋਬਾਰ ਹੈ, ਨਾ ਕੋਈ ਕਮਾਉਣ ਜੋਗੇ ਪੈਸੇ, ਨਾ ਅਸੀਂ ਬਾਹਰ ਜਾ ਸਕਦੇ ਹਾਂ। ਬਾਹਰ ਜਾਈਏ ਤਾਂ ਪੁਲਿਸ ਵਾਲੇ ਸਾਨੂੰ ਮਾਰਦੇ ਆ, ਮਾਰਦੇ ਘੱਟ ਤਾਂ ਸਾਨੂੰ ਲੈ ਜਾਂਦੇ, ਕਹਿੰਦੇ ਤੁਸੀਂ ਕੀ ਕਰਨਾ ਆਇਓ, ਤੁਸੀਂ ਤਾਂ ਚਲੋ ਹਾਂ ਸਾਡੇ ਨਾਲ। ਅਤੇ ਬਸ ਤਾਂ ਕਰਕੇ ਨਾ ਪੈਸੇ ਆ, ਨਾ ਅਸੀਂ ਮੇਕਅਪ ਕਰਨੇ ਆ, ਨਾ ਕੁਛ ਕਰਨੇ ਆ, ਦਾੜੀ ਮਨਾਉਂਦੇ ਹਾਂ। ਮਤਲਬ ਇਹ ਕਿ ਕਰੋਨਾ ਨੇ ਆਪਕੀ ਵੀ ਜ਼ਿੰਦਗੀ ਕੋ ਇਫੈਕਟ ਕੀਆ, ਔਰ ਆਪ ਲੋਗੋਂ ਕੇ ਫੰਕਸ਼ਨ ਜੋ ਹੈ ਨਾ ਵੋ ਰੁਕ ਗਏ ਹੈ ਸਭ ਕੇ ਸਾਥ। ਆਹੋ ਬਿਲਕੁਲ, ਸਾਡੀ ਜ਼ਿੰਦਗੀ ਵੀ, ਅਸੀਂ ਵੀ ਇਨਸਾਨ ਹੀ ਹਾਂ, ਸਾਡੀ ਵੀ ਜ਼ਰੂਰਤਾਂ ਹੁੰਦੀਆਂ, ਅਸੀਂ ਵੀ ਖਾਣਾ ਪੀਣਾ ਸਭ ਕੁਛ ਕਰਨਾ। ਅਤੇ ਸਾਰੇ ਲੋਕ ਗਰੀਬਾਂ ਨੂੰ ਪੁੱਛ ਰਹੇ, ਸਾਨੂੰ ਕੋਈ ਨਹੀਂ ਪੁੱਛਦਾ, ਅਸੀਂ ਵੀ ਕੀ ਕਹਿੰਦੇ ਆ ਇਨਸਾਨ ਹੀ ਆ, ਅਸੀਂ ਵੀ ਰੋਟੀ ਖਾ ਕੇ ਕੀ ਕਹਿੰਦੇ ਆ ਜ਼ਿੰਦਾ ਰਹਿਣਾ। ਜੀ ਬਿਲਕੁਲ, ਜ਼ਰੂਰ ਆਪਕੇ ਸਾਥ ਇਨਸਾਫ ਹੋਗਾ, ਔਰ ਆਪਕੋ ਵੀ ਵਹੀ ਸਾਰੀ ਸਹੂਲਤੇ ਮਿਲੇਗੀ ਜੋ ਬਾਕੀ ਗਰੀਬੋਂ ਕੋ, ਔਰ ਜੋ ਇਮਰਾਨ ਖਾਨ ਜਿਨਕੇ ਲੀਏ ਕਰ ਰਹੇ ਹੈ, ਤੋ ਇਨਸ਼ਾਅੱਲਾ ਆਪਕੋ ਵੀ ਲੋਕਡਾਊਨ ਮੇਂ ਯੇ ਸਾਰੀ ਸਹੂਲਤੇ ਮਿਲੇਂਗੀ, ਆਪਕੋ ਮੇਕਅਪ ਕੀ ਕਿੱਟ ਔਰ ਇਸ ਤਰ੍ਹਾਂ ਕੀ ਚੀਜ਼ਾਂ ਆਪਕੋ ਮਿਲੇਂਗੀ। ਹਰ ਇਨਸਾਨ ਮੇਂ ਖਾਮੀ ਔਰ ਖੂਬੀ ਹੋਤੀ ਹੈ, ਤੋ ਆਪ ਲੋਗੋਂ ਕੀ ਜੋ ਕਮਿਊਨਿਟੀ ਹੈ ਉਸਮੇਂ ਆਪ ਲੋਗੋਂ ਕੀ ਕਿਆ ਖਾਮੀ ਹੋਤੀ ਹੈ, ਮਤਲਬ ਆਪਕੋ ਲੋਕ ਕਿਸ ਖਾਮੀ ਸੇ ਪਕੜ ਲੇਤੇ ਹੈ? ਸਾਡੀ ਖਾਮੀ ਭਾਈ ਮੈਂ ਕੀ ਦੱਸਾਂ, ਅਸੀਂ ਇਹੋ ਜਿਹੇ ਨਰਮ ਦਿਲ ਲੋਕ ਹਾਂ ਕਿ ਅਸੀਂ 20 ਰੁਪਏ 'ਚ ਮੰਨ ਜਾਂਦੇ ਹਾਂ। ਅਤੇ ਮੈਂ ਤਾਂ ਬਸ ਇਹੀ ਆਪਣੇ ਸਾਰੇ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ 20 ਰੁਪਏ ਬੜੇ ਘੱਟ ਹੁੰਦੇ ਆ, ਹੁਣ ਦਾ ਦੌਰ ਬੜਾ ਮਹਿੰਗਾਈ ਵਾਲਾ, ਅਤੇ ਘੱਟੋ ਘੱਟ ਕੋਈ 180 ਰੁਪਏ ਹੋਣ ਤੱਕ ਕੋਈ, ਚਲੋ ਇੱਕ ਸਿਗਰਟ ਦੀ ਡੱਬੀ ਆ ਜਾਵੇ, ਕੁਛ ਤਾਂ ਹੋ ਜਾਵੇ, ਪਰ ਨਹੀਂ। ਅੱਛਾ ਮੈਂ ਇੱਕ ਮੋਰੀ ਜੀ, ਆਪ ਮੁਝੇ ਇਹ ਬਤਾਏ ਕਿ ਆਪ ਲੋਗੋਂ ਕੋ ਕਭੀ ਕਿਸੀ ਬੜੇ ਲੋਗੋਂ ਕੇ, ਵਜ਼ੀਰੋਂ ਕੇ, ਮਨਿਸਟਰੋਂ ਕੇ ਫੋਨ ਤੋਂ ਆਤੇ ਹੋਗੇ? ਹਾਂ ਹੈ, ਤੁਹਾਨੂੰ ਨਹੀਂ ਲੱਭਦਾ ਮੈਂ ਕਿੰਨੀ ਸੋਹਣੀ ਹਾਂ? ਮੈਨੂੰ ਵੀ ਫੋਨ ਆਉਂਦੇ, ਸਾਡਾ ਉਹ ਡੱਬੂ ਵਜ਼ੀਰ ਨਹੀਂ ਫਵਾਦ ਚੌਧਰੀ, ਉਹ ਰੋਜ਼ ਰਾਤੀ ਮੈਨੂੰ ਫੋਨ ਕਰਦਾ, ਕਹਿੰਦਾ ਮੇਰੇ ਕੋਲ ਰਾਤ ਆ ਮੇਰੇ ਕੋਲ, ਮੈਂ ਜਾਂਦੀ ਨਹੀਂ ਉਹਦੇ ਕੋਲ। ਨਹੀਂ ਆਪ ਕਿਉਂ ਨਹੀਂ ਜਾਤੀ, ਆਪ ਮਾਸ਼ਾਅੱਲਾ ਇਤਨੀ ਖੂਬਸੂਰਤ ਹੈ, ਫਿਰ ਆਪ ਕਿਉਂ ਨਹੀਂ ਜਾਤੀ ਜਬ ਉਸਕੋ ਫੋਨ ਆਤੇ ਹੈਂ ਆਪਕੋ? ਹਾਂ ਨਹੀਂ ਬਾਜੀ, ਮੈਂ ਕੀ ਦੱਸਾਂ, ਇੱਕ ਵਾਰੀ ਮੈਂ ਗਈ ਸੀ ਅਤੇ ਉੱਥੇ ਜਾ ਕੇ ਮੈਂ ਰਾਤ 'ਤੇ ਰਹਿ ਆਈ, ਪਰ ਮੈਂ ਜਦੋਂ ਪੈਸੇ ਮੰਗੇ, ਕਹਿੰਦਾ ਕਿਹੜੇ ਪੈਸੇ, ਮੈਨੂੰ ਅੱਧੇ ਪੈਸੇ ਦਿੱਤੇ ਅਤੇ ਮੈਨੂੰ ਲੱਤਾਂ ਮਾਰ ਕੇ ਉਹਨੂੰ ਕੱਢ ਦਿੱਤਾ, ਕਹਿੰਦਾ ਜਾ ਇੱਥੋਂ, ਹੋਰ ਕੋਈ ਪੈਸੇ ਨਹੀਂ ਲੱਭਣੇ, ਫਿਰ ਮੈਂ ਨਹੀਂ ਜਾਂਦੀ ਹੁਣ ਉਹਦੇ ਕੋਲ ਆ। ਅੱਛਾ ਮਹਿਕ ਮੋਰੀ ਜੀ, ਆਪ ਮੁਝੇ ਇਹ ਬਤਾਏ ਕਿ ਬਿਲਾਵਲ ਭੁੱਟੋ ਕੇ ਬਾਰੇ ਮੇਂ ਕਿਆ ਖਿਆਲ ਹੈ, ਉਹ ਵੀ ਮਤਲਬ ਆਪ ਲੋਗੋਂ ਕੇ ਲੀਏ ਹੈਲਪ ਕਰਤੇ ਹੈ ਜਾਂ ਨਹੀਂ? ਬਿਲਾਵਲ ਭੁੱਟੋ ਤਾਂ ਸਾਡੀ ਜਾਨ ਹੈ, ਸਾਡੀ ਆਪਣੀ ਬਰਾਦਰੀ ਦਾ, ਉਹ ਦੇਖਿਆ ਨਹੀਂ ਤੁਸੀਂ ਕਿਸ ਤਰ੍ਹਾਂ ਬੋਲਦਾ, ਕਿਸ ਤਰ੍ਹਾਂ ਉਹ ਕਰਦਾ, ਉਹਦੀ ਹਰਕਤਾਂ, ਉਹ ਤਾਂ ਸਾਡੀ ਬਰਾਦਰੀ ਦਾ। ਅਸੀਂ ਕਈ ਵਾਰੀ ਗਏ ਹਾਂ ਸਰਦਾਰੀ ਕੋਲ ਕਿ ਸਰਦਾਰੀ ਸਾਹਿਬ ਸਾਨੂੰ ਦੇ ਦਿਓ, ਹੁਣ ਸਾਡਾ ਬਿਲਾਵਲ ਸਾਡੀ ਕੀ ਕਹਿੰਦੇ ਆ ਸ਼ਾਨ ਆ, ਉਹ ਅੱਗੋਂ ਸਾਨੂੰ ਕਹਿੰਦੇ ਆ ਇਹ ਉਹ ਨਿੱਕਾ ਆ, ਇਹ ਨਸ਼ਦਾ ਸਿੱਖਿਆ ਨਹੀਂ, ਹੁਣ ਜਦੋਂ ਸਿੱਖ ਜਾਏਗਾ ਤਾਂ ਮੈਂ ਤੁਹਾਨੂੰ ਦੇ ਦਾਂਗਾ ਉਹ। ਅੱਛਾ ਮਹਿਕ ਮੋਰੀ ਜੀ, ਆਪ ਮੁਝੇ ਇਹ ਬਤਾਏ ਕਿ ਆਪ ਜੋ ਹੈ ਵੋ ਆਪਣੇ ਆਪਣੇ ਮਿਸਾਇਲ ਬਤਾਏ, ਤੋ ਮੁਝੇ ਬਤਾਏ ਕਿ ਜਬ ਆਪ ਰੀਅਲ ਲਾਈਫ ਮੇਂ ਬਾਹਰ ਨਿਕਲਤੇ ਹੈ, ਤੋ ਲੋਗੋਂ ਕਾ ਰਵੱਈਆ ਆਪ ਲੋਗੋਂ ਕੇ ਸਾਥ ਕੈਸਾ ਹੋਤਾ ਹੈ? ਲੋਕ ਬੜੇ ਹੀ ਔਂਤਰੇ ਭਾਈ, ਮੈਂ ਕੀ ਦੱਸਾਂ ਤੁਹਾਨੂੰ, ਲੋਕ ਸਾਨੂੰ ਬੜਾ ਤੰਗ ਕਰਦੇ, ਰਾਹ 'ਚ ਚੱਲਦੇ ਫਿਰਦੇ ਸਾਨੂੰ ਹੱਥ ਲਾ ਜਾਂਦੇ, ਸਾਨੂੰ ਕਰ ਜਾਂਦੇ, ਅਸੀਂ ਕੀ ਕਰੀਏ, ਅਸੀਂ ਨਾ ਕੁਛ ਕਹਿ ਸਕਦੇ ਹਾਂ ਉਹਨਾਂ ਨੂੰ, ਨਾ ਕੋਈ ਕੁਛ ਕਰ ਸਕਦੇ ਹਾਂ, ਬਸ ਲੋਕ ਸਾਨੂੰ ਬੜਾ ਹੀ ਤੰਗ ਕਰਦੇ ਨੇ। ਅੱਛਾ ਮੋਰੀ ਜੀ, ਜਾਤੇ ਹੋਏ ਐਂਡ ਪੇ ਆਪਸੇ ਕੋਈ ਮੈਸੇਜ ਆਪ ਜੋ ਹੈ ਵੋ ਆਪਣੀ ਕਮਿਊਨਿਟੀ ਕੋ ਦੇਣਾ ਚਾਹੇ, ਔਰ ਜੋ ਬੜੇ ਲੋਕ ਆ ਉਨਕੋ ਦੇਣਾ ਚਾਹੇ, ਤਾਂ ਕਿ ਆਪਕਾ ਜੋ ਜੋ ਇੰਟਰਵਿਊ ਸੁਣ ਰਹੇ ਹਾਂ ਵੋ ਉਨਕੇ ਦਿਲ ਮੇਂ ਥੋੜ੍ਹੀ ਸੀ ਆਪਕੇ ਲੀਏ ਪੈਦਾ ਹੋ ਥੋੜ੍ਹਾ ਸਾ, ਤਾਂ ਕਿ ਆਪ ਜੋ ਹੈ ਵੋ ਮਤਲਬ ਆਪ ਲੋਗੋਂ ਕੋ ਵੀ ਇੱਕ ਲਿਵਿੰਗ ਸਟੈਂਡਰਡ ਜੋ ਹੈ ਨਾ ਵੋ ਕਾਇਮ ਹੋ ਸਕੇ? ਭਾਈ ਮੈਂ ਕੀ ਦੱਸਾਂ, ਬਸ ਅਸੀਂ ਕੁਛ ਲੋਕਾਂ ਦੀ ਵਜ੍ਹਾ ਤੋਂ ਨਾ ਕਰਕੇ ਅਸੀਂ ਸਾਰੇ ਲੋਕ ਖਰਾਬ ਹੋ ਗਏ ਹਾਂ, ਅਸੀਂ ਸਾਰੇ ਇਸ ਤਰ੍ਹਾਂ ਦੇ ਹੁੰਦੇ ਨਹੀਂ, ਪਰ ਕੀ ਕਹਿੰਦੇ ਆ ਲੋਕ ਸਾਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ, ਹੁਣ ਅਸੀਂ ਜਿਹੜਾ ਵੀ ਹੁੰਦਾ ਉਹ ਸਮਝਦਾ ਜੀ ਉਹ ਇਹੋ ਜਿਹਾ ਹੀ ਹੈ ਕਿ ਚਲੋ 20 ਰੁਪਏ 'ਚ ਮੰਨ ਜਾਏਗਾ 30 ਰੁਪਏ 'ਚ, ਪਰ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ, ਹਰ ਕਿਸੇ ਦੀ ਆਪਣੀ ਹੁੰਦੀ ਹੈ, ਅਤੇ ਇਹੀ ਹੈ ਕਿ ਲੋਕ ਸਾਡਾ ਖਿਆਲ ਨਹੀਂ ਕਰਦੇ। ਬਸ ਮੇਰਾ ਇਹੀ ਹੈ ਕਿ ਕਿਸੇ ਦੇ ਘਰ ਅਗਰ ਸਾਡਾ ਵਰਗਾ ਕੋਈ ਖਾਜਾ ਸਰਾਹ ਪੈਦਾ ਹੁੰਦਾ ਹੈ ਤਾਂ ਉਹਦੇ ਮਾਂ ਪਿਓ ਨੂੰ ਬਾਹਰ ਨਾ ਕੱਢਣ, ਉਹਨੂੰ ਪੜ੍ਹਾਉਣ ਲਿਖਾਉਣ, ਤਾਂ ਕਿ ਉਹ ਸਾਡੇ ਵਾਂਗੂ ਆ ਕੇ ਜ਼ਲੀਲ ਨਾ ਹੋਏ, ਪੜ੍ਹੇ ਲਿਖੇ ਕਿਤੇ ਅੱਛੀ ਜਗ੍ਹਾ ਨੌਕਰੀ ਕਰੇ। ਬਸ ਮੇਰਾ ਮਾਂ ਪਿਓ ਨੂੰ ਇਹੀ ਪੈਗਾਮ ਹੈ। ਜੀ ਜ਼ਰੂਰ, ਆਪਕਾ ਬਹੁਤ ਅੱਛਾ ਮੈਸੇਜ, ਔਰ ਇਨਸ਼ਾਅੱਲਾ ਹਮੇਂ ਉਮੀਦ ਹੈ ਕਿ ਇਹ ਜੋ ਲੋਕ ਵੀਡੀਓ ਦੇਖੇਂਗੇ ਵੋ ਆਪਕੋ ਦੇਖੇਂਗੇ ਵੀ, ਔਰ ਆਪਕੇ ਪੈਗਾਮ ਕੋ ਵੀ ਸੁਣੇਂਗੇ, ਔਰ ਜੋ ਇਵਾਨੇ ਬਾਲਾ ਮੇਂ ਹਮਾਰੇ ਲੋਕ ਦੇਖ ਰਹੇ ਹੈ ਵੋ ਵੀ ਆਪਕੀ ਹੈਲਪ ਜ਼ਰੂਰ ਕਰੇਂਗੇ। ਤੋ ਜੀ ਫਰੈਂਡਸ, ਜੈਸੇ ਆਪਨੇ ਅੱਜ ਖਵਾਜਾ ਸਰਾ ਕਾ ਇੰਟਰਵਿਊ ਸੁਣਾ, ਆਪ ਜੋ ਹੈ ਵੋ ਉਨਕੇ ਡੇਰੇ ਪਰ ਆਏ ਥੇ ਔਰ ਉਨਕੇ ਮਸਾਇਲ ਸੁਨੇ, ਉਨਕੇ ਲੋਗੋਂ ਕੇ ਰਵੱਈਏ ਸੁਨੇ ਕਿ ਉਨਕੇ ਸਾਥ ਰਵੱਈਆ ਕੈਸੇ ਹੋਤਾ ਹੈ, ਉਨਕੇ ਰੀਅਲ ਲਾਈਫ ਮੇਂ ਪ੍ਰੋਬਲਮਸ ਕੈਸੇ ਹੋਤੇ ਹੈ ਯੇ ਸੁਨਾ, ਔਰ ਕੁਛ ਫਨ ਵੀ ਕੀਆ। ਤੋ ਫਰੈਂਡਸ, ਜਾਤੇ ਜਾਤੇ ਯਹੀ ਹੈ ਕਿ ਆਪਕੋ ਵੀਡੀਓ ਕੈਸੀ ਲਗੀ, ਆਪਣੇ ਫਰੈਂਡਸ ਕੇ ਸਾਥ, ਆਪਣੇ ਦੋਸਤੋਂ ਕੇ ਸਾਥ ਸ਼ੇਅਰ ਕਰੇ, ਕਿਉਂਕੇ ਖਵਾਜਾ ਸਰਾ ਵੀ ਹਮਾਰੀ ਲਾਈਫ ਕਾ ਇੱਕ ਪਾਰਟ ਹੈ, ਵੋ ਜਬ ਤੱਕ ਨਾ ਹੋ ਤੋ ਹਮਾਰੀ ਲਾਈਫ ਮੁਕੰਮਲ ਨਹੀਂ, ਯੇ ਆਪ ਇਸਕੋ ਸਮਝੇ ਜਾਂ ਨਾ ਸਮਝੇ। ਤੋ ਫਰੈਂਡਸ, ਆਪਣੇ ਇਰਦ ਗਿਰਦ ਜਿੱਧਰ ਵੀ ਹੈ ਖਵਾਜਾ ਸਰਾ ਉਨਕੋ ਨਜ਼ਰ ਆਏ, ਜਿੱਧਰ ਵੀ ਗਰੀਬ ਹੈ ਉਨਕੋ ਆਪ ਉਨਕੀ ਹੈਲਪ ਕਰੇ, ਔਰ ਉਨਕੀ ਰੀਅਲ ਲਾਈਫ ਮੇਂ ਪ੍ਰੋਬਲਮ ਸੋਲਵਰ ਬਣੇ। ਤੋ ਫਰੈਂਡਸ, ਜਾਤੇ ਹੋਏ
अपने फीडबैक लाजमी हमें दें और कमेंट्स और वीडियो को शेयर करें अपने दोस्तों के साथ ज़्यादा से ज़्यादा, ताकि ये वीडियो लोगों के साथ ज़्यादा से ज़्यादा शेयर हो सके। तो और जाते हुए, अभी तक जिस हमारे दोस्त ने इस YouTube चैनल को सब्सक्राइब नहीं किया, तो हमारी रिक्वेस्ट है कि आप इस YouTube चैनल को सब्सक्राइब करें, ताकि हम जो है वो आपके लिए एक नेक्स्ट वीडियो अच्छी और इन्फॉर्मेटिव लेके आए। तो फ्रेंड्स, आपको मिलते हैं एक नेक्स्ट वीडियो में। ओके।